ਫੇਰ ਸੀ ਯੂ ਆਰ ਬੋਰੀ ਹੋਰੀ ਬਾਬਾ। ਸਰਕਾਰ ਦਾ ਕੋਰੋਨਾ ਦੇ ਚੱਲਦਿਆਂ ਇੱਕ ਵੱਡਾ ਐਲਾਨ ਕਿ ਸਾਰੇ ਬੱਚਿਆਂ ਨੂੰ ਬਿਨਾਂ ਪੇਪਰਾਂ ਦੇ ਪਾਸ ਕਰ ਦਿੱਤਾ ਜਾਵੇ। ਇਸੇ ਦੀ ਡਿਸਕਸ਼ਨ ਵਾਸਤੇ ਅੱਜ ਸਾਡੇ ਸਟੂਡੀਓ ਵਿੱਚ ਕੇਤਨ ਜੋ ਕਿ 5 ਸਾਲਾਂ ਤੋਂ ਕਲਾਸ ਵਿੱਚ ਫਸਟ ਆ ਰਹੇ ਨੇ, ਰੋਮੀ ਜੋ ਕਿ 4 ਸਾਲਾਂ ਤੋਂ ਲਗਾਤਾਰ ਫੇਲ ਹੋ ਰਹੇ ਨੇ ਤੇ ਉਹਨਾਂ ਦੇ ਟੀਚਰ ਨੂੰ ਬੁਲਾਇਆ ਗਿਆ। ਸਰਕਾਰ ਕਹਿੰਦੀ ਨੇ ਇਹੋ ਜਿਹੇ ਨਲਾਇਕ ਬੱਚਿਆਂ ਨੂੰ ਵੀ ਪਾਸ ਕਰ ਦਿਓ। ਰਿਪੋਰਟਰ ਮੈਡਮ, ਬੜੇ ਸਾਲਾਂ ਤੋਂ ਕਹਿੰਦੀ ਸਾਂ ਕਿ ਮੇਰੀ ਮਿਹਨਤ ਰੰਗ ਲਏਗੀ, ਮੇਰੀ ਮਿਹਨਤ ਰੰਗ ਲਏਗੀ। ਉਹ ਹੁਣ ਨਾ ਇਮਾਨਦਾਰ ਸਰਕਾਰਾਂ ਆ ਗਈਆਂ ਨੇ ਤੇ ਉਹਨਾਂ ਨੂੰ ਮੇਰੀ ਮਿਹਨਤ ਸਮਝ ਆ ਗਈ ਹੈ, ਤੇ ਕੋਰੋਨਾ ਨੂੰ ਵਾਇਰਸ ਹੁੰਦਿਆਂ ਵੀ ਮੇਰੀ ਮਿਹਨਤ ਸਮਝ ਆ ਗਈ ਹੈ। ਆ ਨਹੀਂ ਆਈ ਤੇ ਮੇਰੇ ਨਲਾਇਕ ਮੇਰਾ ਮਤਲਬ ਕਿ ਟੀਚਰਾਂ ਨੂੰ ਨਹੀਂ ਸਮਝ ਆਈ ਸਾਂ ਮਸ਼ੀਨ ਤੋਂ। ਅਸੀਂ ਸਮਝੀਏ, ਅਸੀਂ ਸਮਝੀਏ ਹਾਲੇ ਵੀ। ਆ ਦੇਖੋ ਰਿਪੋਰਟਰ ਮੈਡਮ, ਰਿਪੋਰਟਰ ਮੈਡਮ ਇਹ ਦੇਖੋ, ਇਹ ਇਹਦਾ ਪਿਛਲੇ ਸਾਲ ਦਾ ਪੇਪਰ ਹੈ, ਸਾਰੇ ਸਵਾਲ ਗਲਤ। ਰਿਪੋਰਟਰ ਆਂਟੀ, ਮੈਂ ਸਾਰੇ ਠੀਕ ਲਿਖੇ ਸਨ। ਠੀਕ ਲਿਖੇ ਸੀ? ਉਹ ਜਿਹੜੇ ਲਿਖੇ ਸੀ ਉਹ ਪੇਪਰ 'ਚ ਪੁੱਛੇ ਸੀ ਤੇਰੇ ਤੋਂ। ਕਿਉਂ? ਪੇਪਰ ਉੱਪਰ ਲਿਖਿਆ ਸੀ ਕੋਈ 5 ਸਵਾਲਾਂ ਦੇ ਜਵਾਬ ਦਿਓ ਤੇ ਜਿਹੜੇ ਮੈਨੂੰ ਆਉਂਦੇ ਸੀ ਬੰਦੇ ਉੱਤੇ। ਹੋਰ ਤਾਂ ਹੋਰ ਰਿਪੋਰਟਰ ਮੈਡਮ, ਉੱਪਰ ਜਿੱਥੇ ਡੇਟ ਲਿਖਿਆ ਹੈ ਉਹਦੀ ਅੱਗੇ ਲਿਖੀ ਹੈ ਕਿ ਮੇਰੇ ਵੱਲੋਂ ਤੇ ਕੱਲ ਜੇਲ੍ਹ 'ਚ ਮਾਰ ਲਓ, ਮੁੰਡਾ ਤਿਆਰ ਨਹੀਂ। ਰਿਪੋਰਟਰ ਆਂਟੀ, ਮੈਂ ਕੁਝ ਕਹਿਣਾ ਜੀ। ਤੇਰਾ ਤਾਂ ਬੁੱਕੀ ਮਾਰ ਰਹੀ, ਤੂੰ ਬੋਲਿਆ ਨਾ ਤੇਰੇ ਦੰਦ ਭੱਦ ਰਹੇ ਮੈਂ। ਹਾਏ ਭੈਣ ਜੀ, ਕੋਈ ਆਸਾਨ ਕਰੋ ਸਾਡੇ ਤੇ, ਇਹਨੂੰ ਸਕੂਲ 'ਚੋਂ ਬਾਹਰ ਕੱਢ ਲਓ। ਤੁਹਾਨੂੰ ਪਤਾ ਸਾਡੇ ਸਕੂਲ 'ਚ ਵਿਧਾਇਕ ਆਏ, ਮੈਂ ਇਹਨੂੰ ਸਭ ਤੋਂ ਅੱਗੇ ਖੜਾ ਕਰ ਦਿੱਤਾ। ਇਹ ਮਰ ਜਾਣੀ ਨੇ ਉੱਥੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਵਾ ਛੱਡੇ। ਤਾਂ ਮੈਡਮ, ਤੁਸੀਂ ਤਾਂ ਕਿਹਾ ਸੀ ਪ੍ਰੋਗਰਾਮ ਚੁੱਪ ਕੇ ਰੱਖਣਾ। ਚੰਗਾ, ਜੇ ਹੁਣ ਤੂੰ ਮੇਰੇ ਦੋ ਸਵਾਲਾਂ ਦਾ ਜਵਾਬ ਦੇ ਦੇਵੇਂ ਕਿ ਧਰਮ ਨਾਲ ਤੂੰ ਪਾਸ ਹੈ, ਤੂੰ ਪਾਸ ਹੈ। ਚੰਗਾ, ਤੂੰ ਮੈਨੂੰ ਇਹ ਦੱਸ ਕਿ ਬ੍ਰਹਮਪੁੱਤਰ ਨਦੀ ਕਿਸ ਸਟੇਟ ਵਿੱਚ ਵਹਿੰਦੀ ਹੈ? ਲਿਕੁਇਡ ਸਟੇਟ ਵਿੱਚ। ਤੂੰ ਮੈਨੂੰ ਇਹ ਦੱਸ ਕਿ ਕੋਈ ਦੋ ਸਾਧਨ ਦੱਸ ਜਿੱਥੋਂ ਸਾਨੂੰ ਭੋਜਨ ਮਿਲਦਾ ਹੈ। ਸਵਿਗੀ, ਜ਼ੋਮੈਟੋ। ਰਿਪੋਰਟਰ ਮੈਡਮ, ਮੇਰੇ ਤੇ ਸਾਰੇ ਜਵਾਬ ਠੀਕ ਹੀ ਹੁੰਦੇ ਨੇ। ਆ ਤੇ ਹੁਣ ਸਰਕਾਰਾਂ ਸੋਚਣ ਕਿ ਮਿਹਨਤ ਦੀ ਲੋੜ ਕਿੰਨਾ ਨੂੰ ਹੈ।